ਟਿੰਡੇ ਤਾਂ ਤੁਸੀਂ ਬੜੀ ਵਾਰੀ ਬਣਾ ਕੇ ਖਾਧੇ ਹੋਣਗੇ, ਪਰ ਇੱਕ ਵਾਰੀ ਇਸ ਤਰੀਕੇ ਨਾਲ ਟਿੰਡੇ ਜ਼ਰੂਰ ਬਣਾਇਓ, ਤੁਹਾਨੂੰ ਇਹ ਟਿੰਡਿਆਂ ਦੀ ਸਬਜ਼ੀ ਨਾ ਬਹੁਤ ਹੀ ਸਵਾਦ ਲੱਗੇਗੀ, ਬਹੁਤ ਪਸੰਦ ਆਏਗੀ। ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ, ਅਤੇ ਆਓ ਹੁਣ ਇਹ ਸੌਖੀ ਜਿਹੀ ਸਬਜ਼ੀ ਨੂੰ ਮਿਲ ਕੇ ਬਣਾਉਂਦੇ ਹਾਂ। ਅਤੇ ਵਧੀਆ ਜੀ ਮਸਾਲੇਦਾਰ ਸਬਜ਼ੀ ਨੂੰ ਬਣਾਉਣ ਵਾਸਤੇ ਨਾ ਮੈਂ ਇੱਥੇ ਲਏ ਨੇ ਅੱਧਾ ਕਿਲੋ ਤਾਜ਼ੇ ਤਾਜ਼ੇ ਟਿੰਡੇ, ਅਤੇ ਇਹਨਾਂ ਟਿੰਡਿਆਂ ਨੂੰ ਨਾ ਹੁਣ ਆਪਾਂ ਛਿੱਲ ਲੈਣਾ, ਅਤੇ ਇਹਨਾਂ ਨੂੰ ਨਾ ਇਸ ਤਰ੍ਹਾਂ ਚਾਕੂ ਨਾਲ ਪਤਲਾ ਪਤਲਾ ਜਿਹਾ ਛਿੱਲਣਾ, ਜ਼ਿਆਦਾ ਮੋਟਾ ਛਿਲਕਾ ਇਹਦਾ ਨਹੀਂ ਲਾਉਣਾ। ਅਤੇ ਜਿਹੜਾ ਪਿਲਰ ਹੁੰਦਾ ਹੈ ਨਾ ਉਹਦੇ ਨਾਲ ਸੌਖੇ ਛਿੱਲੇ ਜਾਂਦੇ ਨੇ, ਪਰ ਉਹਦੇ ਨਾਲ ਛਿੱਲਣਾ ਨਹੀਂ ਹੈ, ਨਹੀਂ ਤਾਂ ਕੀ ਹੈ ਜ਼ਿਆਦਾ ਛਿਲਕਾ ਉਤਰ ਜਾਏਗਾ। ਅਤੇ ਇਸ ਕਰਕੇ ਇਹਨੂੰ ਆਪਾਂ ਪਤਲਾ ਪਤਲਾ ਹੀ ਛਿੱਲਣਾ ਬਸ। ਅਤੇ ਪੂਰਾ ਟਿੰਡਾ ਚੰਗੀ ਤਰ੍ਹਾਂ ਛਿੱਲਣ ਤੋਂ ਬਾਅਦ ਨਾ ਇਸ ਤਰ੍ਹਾਂ ਸਾਈਡ ਤੋਂ ਆਪਾਂ ਥੋੜ੍ਹਾ ਥੋੜ੍ਹਾ ਦੋਨੋਂ ਪਾਸਿਓਂ ਕੱਟ ਕੇ ਵੱਖਰਾ ਕਰ ਦੇਵਾਂਗੇ ਇਸ ਤਰ੍ਹਾਂ। ਅਤੇ ਸਾਰੇ ਟਿੰਡਿਆਂ ਨੂੰ ਇਸ ਤਰ੍ਹਾਂ ਹੀ ਛਿੱਲ ਲਵਾਂਗੇ ਅਤੇ ਛਿੱਲ ਕੇ ਧੋ ਲਵਾਂਗੇ। ਦੁਬਾਰਾ ਧੋਣ ਤੋਂ ਬਾਅਦ ਨਾ ਇਹ ਟਿੰਡੇ ਜਿਹੜੇ ਨੇ ਇੱਕਦਮ ਸਾਫ਼ ਹੋ ਗਏ ਨੇ, ਅਤੇ ਹੁਣ ਆਪਾਂ ਕੀ ਕਰਾਂਗੇ ਇਹ ਟਿੰਡਿਆਂ ਦੇ ਵਿੱਚ ਲਾਵਾਂਗੇ ਕੱਟ, ਇਸ ਤਰ੍ਹਾਂ ਚੀਰਾ ਲਾਵਾਂਗੇ ਇੱਕ ਇੱਧਰੋਂ ਅਤੇ ਇੱਕ ਇੱਧਰੋਂ। ਕੱਟ ਇਸ ਤਰ੍ਹਾਂ ਲਾਵਾਂਗੇ ਕਿ ਟਿੰਡੇ ਜਿਹੜੇ ਉੱਪਰੋਂ ਤਾਂ ਕੱਟ ਲੱਗ ਜਾਵੇ ਪਰ ਦੂਸਰੇ ਪਾਸਿਓਂ ਜੁੜਿਆ ਰਹੇ, ਠੀਕ ਹੈ। ਅਤੇ ਇਸ ਤਰ੍ਹਾਂ ਹੀ ਸਾਰੇ ਟਿੰਡਿਆਂ ਦੇ ਵਿੱਚ ਕੱਟ ਲਾ ਲਵਾਂਗੇ। ਅਤੇ ਜਿਹੜਾ ਤਾਂ ਵੱਡਾ ਟਿੰਡਾ ਹੋਵੇ ਉਹਦੇ 'ਚ ਤਾਂ ਆਪਾਂ ਇਸ ਤਰ੍ਹਾਂ ਦੋ ਵੀ ਲਾ ਸਕਦੇ ਹਾਂ, ਇਸ ਤਰ੍ਹਾਂ ਦੋ। ਵੈਸੇ ਕੋਸ਼ਿਸ਼ ਇਹੀ ਕਰਨੀ ਹੈ ਕਿ ਟਿੰਡੇ ਜਿਹੜੇ ਨੇ ਇੱਕੋ ਸਾਈਜ਼ ਦੇ ਹੋਣ, ਜਾਂ ਤਾਂ ਛੋਟੇ ਅਤੇ ਜਾਂ ਮੀਡੀਅਮ, ਬਹੁਤੇ ਵੱਡੇ ਟਿੰਡੇ ਆਪਾਂ ਇੱਥੇ ਨਹੀਂ ਲੈਣੇ। ਅਤੇ ਉਹਨਾਂ ਨੂੰ ਨਾ ਜਿਹੜਾ ਵੱਡਾ ਟਿੰਡਾ ਹੋਏਗਾ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਕੱਟ ਲਾ ਸਕਦੇ ਹਾਂ ਦੋ ਦੋ, ਮਸਾਲੇ ਸੋਹਣੇ ਵਿੱਚ ਰਸ ਜਾਣਗੇ ਅਤੇ ਵਧੀਆ ਸਵਾਦ ਆਏਗਾ। ਅਤੇ ਸਾਰੇ ਟਿੰਡਿਆਂ 'ਚ ਨਾ ਕੱਟ ਲਗਾਉਣ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ, ਥੋੜ੍ਹਾ ਜਿਹਾ ਲਵਾਂਗੇ ਲੂਣ ਬਿਲਕੁਲ, ਅਤੇ ਹਰ ਇੱਕ ਟਿੰਡੇ ਦੇ ਅੰਦਰ ਨਾ ਇਸ ਤਰ੍ਹਾਂ ਖੋਲ੍ਹ ਕੇ ਪਾ ਦੇਵਾਂਗੇ ਬਿਲਕੁਲ ਥੋੜ੍ਹਾ ਥੋੜ੍ਹਾ ਜਿਹਾ, ਇੱਕ ਇੱਕ ਚੂੰਡੀ। ਇਹਦੇ ਨਾਲ ਕੀ ਹੋਏਗਾ ਟਿੰਡੇ ਨੇ ਨਾ ਜਦੋਂ ਪੱਕਣਗੇ ਤਾਂ ਅੰਦਰੋਂ ਫਿੱਕੇ ਨਹੀਂ ਲੱਗਣਗੇ। ਅਤੇ ਟਿੰਡਿਆਂ ਨੂੰ ਲੂਣ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ, ਅਤੇ ਪਕਾਉਣ ਵਾਸਤੇ ਲਵਾਂਗੇ ਇੱਕ ਕੜਾਹੀ, ਅਤੇ ਕੜਾਹੀ ਦੇ ਵਿੱਚ 2 ਤੋਂ 3 ਵੱਡੇ ਚਮਚ ਘਿਓ ਦੇ ਪਾ ਕੇ ਇਹਨੂੰ ਗਰਮ ਕਰ ਲਵਾਂਗੇ। ਅਤੇ ਜਦੋਂ ਘਿਓ ਗਰਮ ਹੋ ਜਾਏਗਾ ਨਾ ਉਦੋਂ ਇਹਦੇ ਵਿੱਚ ਲੂਣ ਲੱਗੇ ਹੋਏ ਟਿੰਡੇ ਰੱਖ ਦੇਵਾਂਗੇ। ਅਤੇ ਮੈਂ ਅੱਜ ਇਹਨਾਂ ਨੂੰ ਘਿਓ ਵਿੱਚ ਬਣਾ ਰਹੀ ਹਾਂ, ਤੁਸੀਂ ਕਿਸੇ ਵੀ ਕੁਕਿੰਗ ਆਇਲ 'ਚ ਬਣਾ ਸਕਦੇ ਹੋ ਜਿਹਦੀ ਤੁਸੀਂ ਵਰਤੋਂ ਕਰਦੇ ਹੋ। ਪਰ ਟਿੰਡੇ ਜਿਹੜੇ ਨਾ ਹਰੀ ਸਬਜ਼ੀ ਹੈ, ਅਤੇ ਜਿਹੜੀਆਂ ਹਰੀਆਂ ਸਬਜ਼ੀਆਂ ਹੁੰਦੀਆਂ ਨਾ ਘਿਓ ਵਿੱਚ ਬਹੁਤ ਸਵਾਦ ਲੱਗਦੀਆਂ ਨੇ, ਅਤੇ ਟਿੰਡੇ ਜਿਹੜੇ ਹੁੰਦੇ ਬਹੁਤ ਹੀ ਗੁਣਕਾਰੀ ਹੁੰਦੇ ਨੇ। ਗਰਮੀਆਂ ਦੇ ਸੀਜ਼ਨ ਵਿੱਚ ਟਿੰਡੇ ਬਹੁਤ ਆਉਂਦੇ ਨੇ, ਅਤੇ ਜਿੰਨਾ ਚਿਰ ਇਹਨਾਂ ਦਾ ਸੀਜ਼ਨ ਹੈ ਨਾ ਉਨ੍ਹਾਂ ਚਿਰ ਤੁਸੀਂ ਇਹਨਾਂ ਨੂੰ ਜ਼ਰੂਰ ਬਣਾ ਕੇ ਖਾਓ, ਕਿਉਂਕਿ ਇਹਨਾਂ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਔਰ ਬਹੁਤ ਹੀ ਹੈਲਦੀ ਵੀ ਹੁੰਦੀ ਹੈ। ਅਤੇ ਇਹਨਾਂ ਟਿੰਡਿਆਂ ਨੂੰ ਨਾ ਗੈਸ ਦੀ ਫੁੱਲ ਫਲੇਮ 'ਤੇ ਆਪਾਂ ਪਹਿਲਾਂ 2 ਕੁ ਮਿੰਟ ਇੱਦਾਂ ਖੁੱਲ੍ਹਾ ਹੀ ਭੁੰਨ ਲਵਾਂਗੇ। ਆ ਦੇਖੋ ਜਿਹੜਾ ਸਾਈਡ ਕੜਾਹੀ ਦੇ ਨਾਲ ਸੀ ਉਹ ਪੱਕਣਾ ਸ਼ੁਰੂ ਹੋ ਗਿਆ ਹੈ ਨਾ, ਕਿਉਂਕਿ ਗੈਸ ਆਪਣਾ ਤੇਜ਼ ਹੈ। ਅਤੇ 2 ਕੁ ਮਿੰਟ ਭੁੰਨਣ ਤੋਂ ਬਾਅਦ ਨਾ ਇਸ ਤਰ੍ਹਾਂ ਗੈਸ ਦੀ ਫਲੇਮ ਨੂੰ ਆਪਾਂ ਕਰ ਦੇਵਾਂਗੇ ਮੀਡੀਅਮ, ਅਤੇ ਮੀਡੀਅਮ ਕਰਕੇ ਨਾ ਇਹਨਾਂ ਨੂੰ ਥੋੜ੍ਹੀ ਦੇਰ ਢੱਕ ਦੇਵਾਂਗੇ। ਅਤੇ ਢੱਕ ਕੇ ਨਾ ਇਹਨਾਂ ਨੂੰ ਆਪਾਂ 2 ਤੋਂ 3 ਮਿੰਟ ਹੋਰ ਪਕਾਵਾਂਗੇ। ਅਤੇ ਇੱਥੇ ਮੈਂ ਟਿੰਡਿਆਂ ਨੂੰ ਮੀਡੀਅਮ ਫਲੇਮ 'ਤੇ ਢੱਕ ਕੇ 3 ਤੋਂ 4 ਮਿੰਟ ਤੱਕ ਪਕਾ ਲਿਆ। ਅਤੇ ਇੰਨੀ ਦੇਰ 'ਚ ਨਾ ਮੈਂ ਇਹਨਾਂ ਨੂੰ 1 ਜਾਂ 2 ਵਾਰੀ ਵਿੱਚ ਚਲਾਇਆ ਵੀ ਹੈ, ਅਤੇ ਚਲਾਉਣਾ ਬਹੁਤ ਜ਼ਰੂਰੀ ਹੈ। ਅਤੇ ਸਾਬਤ ਟਿੰਡਿਆਂ ਨੂੰ ਨਾ ਪੱਕਣ ਵਿੱਚ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗਦਾ, ਇਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਲੂਣ ਲਾ ਕੇ ਅਤੇ ਘਿਓ ਦੇ ਵਿੱਚ ਭੁੰਨ ਲਿਆ। ਅਤੇ ਇਹਦੇ ਨਾਲ ਕੀ ਹੈ ਕਿ ਟਿੰਡੇ ਛੇਤੀ ਪੱਕ ਜਾਣਗੇ। ਅਤੇ ਇਹਨਾਂ ਨੂੰ ਮੈਂ 60-70% ਤੱਕ ਪਕਾ ਲਿਆ, ਅਤੇ ਇੰਨਾ ਹੀ ਆਪਾਂ ਇਹਨਾਂ ਨੂੰ ਪਕਾਉਣਾ। ਅਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਆਪਾਂ ਬੰਦ, ਅਤੇ ਇਹਨਾਂ ਟਿੰਡਿਆਂ ਨੂੰ ਕੜਾਹੀ 'ਚੋਂ ਬਾਹਰ ਕੱਢ ਲਵਾਂਗੇ। ਅਤੇ ਕੱਟ ਕੇ ਆਲੂ ਟਿੰਡਿਆਂ ਦੀ ਰਸੇ ਵਾਲੀ ਸਬਜ਼ੀ ਦੀ ਰੈਸਿਪੀ ਮੈਂ ਆਪਣੇ ਚੈਨਲ 'ਤੇ ਪਾਈ ਹੋਈ ਹੈ, ਬਹੁਤ ਹੀ ਸਵਾਦ ਸਬਜ਼ੀ ਬਣੀ ਹੈ, ਉਹ ਵੀ ਤੁਸੀਂ ਵੇਖ ਸਕਦੇ ਹੋ। ਅਤੇ ਮਸਾਲਾ ਭਰ ਕੇ ਵੀ ਮੈਂ ਟਿੰਡੇ ਬਣਾਏ ਹੋਏ ਨੇ, ਉਹਦੀ ਰੈਸਿਪੀ ਵੀ ਮੈਂ ਸ਼ੇਅਰ ਕੀਤੀ ਹੋਈ ਹੈ। ਅਤੇ ਅੱਜ ਹੁਣ ਇਸ ਤਰ੍ਹਾਂ ਦੀ ਸਬਜ਼ੀ ਬਣਾਵਾਂਗੇ ਬਿਨਾਂ ਮਸਾਲਾ ਭਰੇ ਹੋਏ, ਭਰਵਾਂ ਟਿੰਡਿਆਂ ਵਰਗੀ ਸਬਜ਼ੀ। ਅਤੇ ਹੁਣ ਇਸੇ ਘਿਓ ਦੇ ਵਿੱਚ ਆਪਾਂ ਪਾਵਾਂਗੇ ਬਹੁਤ ਥੋੜ੍ਹੀ ਜਿਹੀ ਹਿੰਗ, 2-3 ਪਿੰਚ,
ਅਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਜੀਰਾ, ਇੱਕ ਵੱਡੀ ਇਲਾਇਚੀ ਅਤੇ ਦੋ ਤੇਜ਼ ਪੱਤੇ। ਮੇਰੇ ਤੇਜ਼ ਪੱਤੇ ਛੋਟੇ ਨੇ ਨਾ, ਅਤੇ ਇਸ ਕਰਕੇ ਮੈਂ ਦੋ ਲੈਣੇ, ਤੁਸੀਂ ਇੱਕ ਵੀ ਲੈ ਸਕਦੇ ਹੋ। ਅਤੇ ਇਹਨਾਂ ਨੂੰ ਹੁਣ ਆਪਾਂ ਭੁੰਨ ਲੈਣਾ, ਯਾਨੀ ਕਿ ਜੀਰੇ ਨੂੰ ਚੰਗੀ ਤਰ੍ਹਾਂ ਤੜਕਾ ਲੈਣਾ। ਅਤੇ ਜੀਰਾ ਅਤੇ ਇਲਾਚੀ ਭੁੱਜ ਜਾਏ ਨਾ ਚੰਗੀ ਤਰ੍ਹਾਂ, ਅਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਦੋ ਪਿਆਜ਼ ਬਿਲਕੁਲ ਬਰੀਕ ਚੌਪ ਕੀਤੇ ਹੋਏ। ਇਹ ਵੱਡੇ ਸਾਈਜ਼ ਦੇ ਪਿਆਜ਼ ਲਏ ਨੇ ਮੈਂ, ਅਤੇ ਇਹਨਾਂ ਨੂੰ ਬਿਲਕੁਲ ਬਰੀਕ ਬਰੀਕ ਚੌਪ ਕਰ ਲਿਆ। ਮੈਂ ਚੌਪਰ 'ਚ ਚੌਪ ਕੀਤਾ, ਤੁਸੀਂ ਬਰੀਕ ਬਰੀਕ ਕੱਟ ਵੀ ਸਕਦੇ ਹੋ, ਜਾਂ ਮਿਕਸੀ 'ਚ ਵੀ ਇਹਨੂੰ ਦਰਦਰਾ ਗ੍ਰਾਇੰਡ ਕਰ ਸਕਦੇ ਹੋ। ਅਤੇ ਇਹਨਾਂ ਨੂੰ ਹੁਣ ਆਪਾਂ ਥੋੜ੍ਹਾ ਜਿਹਾ ਭੁੰਨ ਲਵਾਂਗੇ। ਅਤੇ ਜਦੋਂ ਪਿਆਜ਼ ਥੋੜ੍ਹੇ ਜਿਹੇ ਭੁੱਜ ਜਾਣਗੇ ਨਾ, ਯਾਨੀ ਕਿ ਪਿਆਜ਼ਾਂ ਦਾ ਪਾਣੀ ਸੁੱਕ ਜਾਏਗਾ, ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਬਰੀਕ ਕੱਟਿਆ ਹੋਇਆ ਅਦਰਕ, 3 ਤੋਂ 4 ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਮੈਂ ਤਾਂ ਜ਼ਿਆਦਾ ਪਾਈਆਂ ਕਿਉਂਕਿ ਮੈਂ ਇਹਦੇ ਵਿੱਚ ਸਪਾਈਸੀ ਵਾਲੀ ਲਾਲ ਮਿਰਚ ਦੀ ਵਰਤੋਂ ਨਹੀਂ ਕਰਨੀ ਹੈ। ਅਤੇ 1 ਚਮਚ ਹੀ ਪਾਵਾਂਗੇ ਬਰੀਕ ਕੱਟਿਆ ਹੋਇਆ ਲਸਣ। ਅਤੇ ਜਿਹੜਾ ਲਸਣ ਅਦਰਕ ਅਤੇ ਹਰੀ ਮਿਰਚ ਨਾ, ਇਹਨਾਂ ਨੂੰ ਵੀ ਪਿਆਜ਼ਾਂ ਦੇ ਨਾਲ ਆਪਾਂ ਭੁੰਨ ਲੈਣਾ, ਅਤੇ ਭੁੰਨ ਕੇ ਇਹਨਾਂ ਨੂੰ ਲਾਈਟ ਜਿਹਾ ਬਰਾਊਨ ਕਰ ਲੈਣਾ। ਅਤੇ ਜਦੋਂ ਪਿਆਜ਼ ਅਦਰਕ ਲਸਣ ਭੁੱਜ ਕੇ ਇਸ ਤਰ੍ਹਾਂ ਦੇ ਬਰਾਊਨ ਜਿਹੇ ਕਲਰ 'ਚ ਆ ਜਾਣਗੇ ਨਾ, ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਆ ਪੇਸਟ ਕੀਤੇ ਹੋਏ ਮੀਡੀਅਮ ਸਾਈਜ਼ ਦੇ 3 ਟਮਾਟਰ। ਅਤੇ ਟਮਾਟਰਾਂ ਨੂੰ ਪਿਆਜ਼ਾਂ ਨਾਲ ਮਿਕਸ ਕਰਕੇ ਆਪਾਂ ਭੁੰਨ ਲਵਾਂਗੇ, ਯਾਨੀ ਕਿ ਚੰਗੀ ਤਰ੍ਹਾਂ ਪਕਾ ਲਵਾਂਗੇ। ਮਸਾਲਾ ਜਿੰਨੀ ਚੰਗੀ ਤਰ੍ਹਾਂ ਪੱਕਿਆ ਹੋਏਗਾ ਨਾ, ਸਬਜ਼ੀ ਓਨੀ ਹੀ ਸਵਾਦ ਬਣੇਗੀ। ਅਤੇ ਥੋੜ੍ਹੀ ਦੇਰ ਹੁਣ ਇਹਨਾਂ ਨੂੰ ਢੱਕ ਦਿੰਦੇ ਹਾਂ ਤਾਂ ਕਿ ਟਮਾਟਰ ਛੇਤੀ ਪੱਕ ਜਾਣ। ਅਤੇ 2 ਤੋਂ 3 ਮਿੰਟ ਢੱਕ ਕੇ ਪਕਾਉਣ ਤੋਂ ਬਾਅਦ ਮੈਂ ਵੇਖੋ ਜੀ ਟਮਾਟਰ ਸਾਡੇ ਪੱਕ ਚੁੱਕੇ ਨੇ। ਅਤੇ ਹੁਣ ਗੈਸ ਦੀ ਫਲੇਮ ਨੂੰ ਕਰਾਂਗੇ ਸਿਮ, ਅਤੇ ਇਹਦੇ ਵਿੱਚ ਪਾਵਾਂਗੇ ਆਪਣੇ ਕੁਝ ਬੇਸਿਕ ਮਸਾਲੇ। ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਦਾ, ਅੱਧਾ ਛੋਟਾ ਚਮਚ ਲੂਣ ਪਾਵਾਂਗੇ। ਲੂਣ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਪਾ ਸਕਦੇ ਹੋ, ਟੀਂਡਿਆਂ 'ਚ ਵੀ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਲੂਣ ਪਾਇਆ ਹੋਇਆ। ਅਤੇ 1 ਚਮਚ ਪਾਵਾਂਗੇ ਧਨੀਆ ਪਾਊਡਰ, ਅਤੇ 1 ਛੋਟਾ ਚਮਚ ਪਾਵਾਂਗੇ ਸੌਂਫ ਪਾਊਡਰ। ਇਹ ਜ਼ਰੂਰ ਪਾਇਓ, ਇਹਦਾ ਸਵਾਦ ਟੀਂਡਿਆਂ 'ਚ ਬਹੁਤ ਵਧੀਆ ਆਉਂਦਾ। ਅਤੇ 1/2 ਛੋਟਾ ਚਮਚ ਗਰਮ ਮਸਾਲਾ ਵੀ ਪਾ ਦੇਵਾਂਗੇ। ਅਤੇ ਜਿਹੜੀ ਤਿੱਖੀ ਵਾਲੀ ਲਾਲ ਮਿਰਚ ਹੁੰਦੀ ਹੈ ਨਾ, ਉਹ ਮੈਂ ਇਹਦੇ ਵਿੱਚ ਨਹੀਂ ਪਾ ਰਹੀ ਹਾਂ। ਅਤੇ ਇਹਦੇ ਵਿੱਚ ਮੈਂ ਵਧੀਆ ਜਿਹਾ ਕਲਰ ਦੇਣ ਵਾਸਤੇ 1/2 ਛੋਟਾ ਚਮਚ ਕਸ਼ਮੀਰੀ ਲਾਲ ਮਿਰਚਾਂ ਦਾ ਪਾਇਆ ਹੈ। ਅਤੇ ਹੁਣ ਇਹ ਸਾਰੇ ਮਸਾਲਿਆਂ ਨੂੰ ਨਾ ਆਪਾਂ ਥੋੜ੍ਹੀ ਦੇਰ ਪਕਾ ਲਵਾਂਗੇ, ਗੈਸ ਦੀ ਫਲੇਮ ਨੂੰ ਸਿਮ ਹੀ ਰੱਖਾਂਗੇ ਇੱਥੇ, ਨਹੀਂ ਤਾਂ ਮਸਾਲੇ ਜਿਹੜੇ ਨੇ ਸਾਡੇ ਸੜ ਜਾਣਗੇ। ਅਤੇ ਮਸਾਲਿਆਂ ਨੂੰ ਥੋੜ੍ਹਾ ਜਿਹਾ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਵੱਡੇ ਚਮਚ ਤਾਜ਼ਾ ਅਤੇ ਫੈਟਿਆ ਹੋਇਆ ਦਹੀਂ। ਤਾਜ਼ੇ ਨਾਲ ਮੇਰਾ ਮਤਲਬ ਹੈ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ। ਅਤੇ ਗੈਸ ਦੀ ਫਲੇਮ ਨੂੰ ਸਿਮ ਹੀ ਰੱਖਾਂਗੇ, ਔਰ ਦਹੀਂ ਨੂੰ ਨਾ ਫਟਾਫਟ ਤੜਕੇ ਦੇ ਵਿੱਚ ਮਿਕਸ ਕਰ ਦੇਵਾਂਗੇ। ਦਹੀਂ ਪਾਉਣ ਨਾਲ ਵੀ ਟਿੰਡਿਆਂ ਦਾ ਸਵਾਦ ਜਿਹੜਾ ਹੈ ਬਹੁਤ ਹੀ ਵਧੀਆ ਹੋ ਜਾਏਗਾ। ਅਤੇ ਦਹੀਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਫਟਾਫਟ ਮਿਕਸ ਕਰਦੇ ਹੋਏ। ਅਤੇ ਦਹੀਂ ਮਿਕਸ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1/2 ਕੱਪ ਪਾਣੀ, ਅਤੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਤੇਜ਼। ਅਤੇ ਪਾਣੀ ਨੂੰ ਤੜਕੇ 'ਚ ਮਿਕਸ ਕਰਕੇ ਨਾ ਥੋੜ੍ਹਾ ਜਿਹਾ ਪਕਾ ਲਵਾਂਗੇ, ਯਾਨੀ ਕਿ 1-2 ਉਬਾਲੇ ਆਣ ਦੇਵਾਂਗੇ। ਅਤੇ ਜਦੋਂ ਪਾਣੀ ਚੰਗੀ ਤਰ੍ਹਾਂ ਰਿੱਝ ਜਾਏਗਾ ਨਾ, ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪਕਾਏ ਹੋਏ ਟਿੰਡੇ। ਅਤੇ ਜੇਕਰ ਤੁਸੀਂ ਬਿਨਾਂ ਮਸਾਲੇ ਭਰੇ ਬਹੁਤੀ ਮਿਹਨਤ ਕੀਤੇ ਬਿਨਾਂ ਹੀ ਭਰਵੇਂ ਟਿੰਡਿਆਂ ਦਾ ਜ਼ਾਇਕਾ ਲੈਣਾ ਚਾਹੁੰਦੇ ਹੋ ਨਾ, ਤਾਂ 1 ਵਾਰੀ ਇਸ ਤਰ੍ਹਾਂ ਸਬਜ਼ੀ ਜ਼ਰੂਰ ਬਣਾਇਓ, ਤੁਹਾਨੂੰ ਬਹੁਤ ਪਸੰਦ ਆਏਗੀ ਔਰ ਤੁਸੀਂ 1 ਵਾਰੀ ਬਣਾਓਗੇ ਅਤੇ ਬਾਰ ਬਾਰ ਬਣਾਓਗੇ। ਅਤੇ ਇਹਨਾਂ ਨੂੰ ਹੁਣ ਮਿਕਸ ਕਰਨ ਤੋਂ ਬਾਅਦ ਨਾ ਆਪਾਂ 2 ਤੋਂ 3 ਮਿੰਟ ਨਾ ਮਸਾਲੇ ਦੇ ਨਾਲ ਰਿੱਝਣ ਦਿੰਦੇ ਹਾਂ, ਵਿੱਚੇ ਹੀ ਟਿੰਡੇ ਅਤੇ ਵਿੱਚੇ ਹੀ ਮਸਾਲਾ, ਸਾਰਾ ਕੁਝ ਚੰਗੀ ਤਰ੍ਹਾਂ ਰਸ ਮਿਸ ਜਾਏਗਾ ਅਤੇ ਸਬਜ਼ੀ ਬਹੁਤ ਹੀ ਵਧੀਆ ਬਹੁਤ ਹੀ ਸਵਾਦ ਬਣੇਗੀ। ਅਤੇ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਵਾਸਤੇ ਢੱਕ ਕੇ ਪਕਾਵਾਂਗੇ, ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦੇਵਾਂਗੇ। ਅਤੇ ਮੀਡੀਅਮ ਗੈਸ 'ਤੇ ਨਾ 2 ਤੋਂ 3 ਮਿੰਟ ਢੱਕ ਕੇ ਪਕਾਉਣ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਸਬਜ਼ੀ ਦੇ ਉੱਤੇ ਕਿੰਨਾ ਵਧੀਆ ਘਿਓ ਆ ਗਿਆ ਹੈ ਨਾ, ਸਬਜ਼ੀ ਬਹੁਤ ਹੀ ਵਧੀਆ ਪੱਕ ਗਈ ਹੈ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਧਨੀਆ, ਅਤੇ ਧਨੀਏ ਨਾਲ ਤਾਂ ਸਬਜ਼ੀ ਦਾ ਸਵਾਦ ਔਰ ਰੰਗਤ ਦੋਨੋਂ ਹੀ ਵੱਧ ਜਾਣਗੇ।
ਅਤੇ ਧਨੀਏ ਨੂੰ ਨਾ ਸਬਜ਼ੀ ਵਿੱਚ ਕਰ ਦੇਵਾਂਗੇ ਮਿਕਸ, ਹਲਕੇ ਜਿਹੇ ਹੱਥ ਨਾਲ ਇਹਨਾਂ ਨੂੰ ਮਿਕਸ ਕਰਾਂਗੇ ਤਾਂ ਕਿ ਜਿਹੜੇ ਸਾਡੇ ਟਿੰਡੇ ਨੇ ਉਹ ਟੁੱਟਣ ਨਾ। ਅਤੇ ਇੱਥੇ ਹੁਣ ਸਬਜ਼ੀ ਸਾਡੀ ਤਕਰੀਬਨ ਕਿ ਪੂਰੀ ਤਰ੍ਹਾਂ ਹੀ ਤਿਆਰ ਹੈ, ਅਤੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ। ਅਤੇ ਇਹ ਲਓ ਜੀ, ਵਧੀਆ ਜੀ ਟਿੰਡਿਆਂ ਦੀ ਮਸਾਲੇਦਾਰ ਸਬਜ਼ੀ ਬਣ ਕੇ ਤਿਆਰ ਹੈ। ਅਤੇ ਇਹ ਸਬਜ਼ੀ ਨੂੰ ਤੁਸੀਂ ਲੰਚ 'ਚ ਖਾਓ, ਡਿਨਰ 'ਚ ਖਾਓ, ਜਾਂ ਪੂੜੀ ਪਰੌਂਠੇ ਜਿਹਦੇ ਨਾਲ ਮਰਜ਼ੀ ਖਾਓ, ਇਹ ਬਹੁਤ ਹੀ ਸਵਾਦ ਲੱਗਦੀ ਹੈ। ਅਤੇ ਇਸ ਤਰ੍ਹਾਂ ਦੀ ਸਬਜ਼ੀ ਬਣਾ ਕੇ ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਸਬਜ਼ੀ ਕਿੱਦਾਂ ਦੀ ਲੱਗੀ।